कि साढ़े देश के विचों हर 8 मिनट पिछों एक बच्चा गायब हो जाता और इन बच्चों विचों भी ज्यादा कुड़ियां गायब हो रही ने। तुसी इना समा 30-33 साल तुसी जड़े आओ पुलिस दे विच रहे हो, तुहाडे समय विच भी इस तरह दीआं घटनावां हुंदीआं होणीआं ने जी? कदे तुहानू लग्या जे भी कुड़ियां गायब हो रही ने बहुत ज़्यादा पंजाब दे विचों? बच्चे तो गायब हो ही रहे ने पर कुड़ियां ज़्यादा गायब हो रही जी? जी, देश दे विच जिहड़ा भरूण हत्या होण करके जिहड़ी औरतां दी गिणती घट आ, फिर छड़े रह जांदे ने लोक, उन्हां दी विआह दी डिमांड हुंदी है, जां कोई जिहड़ियां जिन्हां दी पत्नियां जिहड़ियां ने कईआं दी डैथ हो जांदी है, होर उहो जिहे थावां दे उत्ते जा के इहनां नूं वेच दित्ता जांदा है, वेच दित्ता जांदा। खास तौर ते बच्चे गुम हो जांदे आ उहनां दे विच, उहनां नूं कित्थे कित्थे एक्सप्लॉइट कीता जांदा, उह मतलब कौन कौन लोक उहनां नूं वरतदे? जिस तरह जिहड़ियां लड़कियां ने ਇਹਨਾਂ ਨੂੰ ਤਾਂ ਜਾਂ ਤਾਂ ਦੇਹ ਵਪਾਰ ਜ਼ਿਆਦਾ ਹੈਗਾ, ਵੇਸਵਾਗਮਨੀ ਦੇ ਵਿੱਚ ਲਾਉਂਦੇ ਨੇ, ਜਾਂ ਉਹਨਾਂ ਨੂੰ ਲਿਜਾ ਕੇ ਕਿਸੇ ਘਰਾਂ ਦੇ ਵਿੱਚ ਅੱਗੇ ਨੌਕਰਾਂ ਦੇ ਤੌਰ ਦੇ ਉੱਤੇ ਐਡਜਸਟ ਕਰ ਦਿੱਤਾ ਜਾਂਦਾ ਕਿਤੇ ਦੂਰ। ਕੁਛ ਇਹੋ ਜਿਹੀਆਂ ਵੀ ਖਬਰਾਂ ਮਿਲਦੀਆਂ ਨੇ ਵੀ ਇਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਕੁਛ ਦੇਸ਼ ਨੇ ਜਿੱਥੇ ਇਹਨਾਂ ਨੂੰ ਜਿਹੜਾ ਹੈ ਭੇਜ ਦਿੱਤਾ ਜਾਂਦਾ ਹੈ। ਅਪਰਾਧਿਕ ਲੋਕ ਨੇ, ਕ੍ਰਿਮੀਨਲ ਲੋਕ ਨੇ, ਉਹ ਬਾਹਰਲੀਆਂ ਸਟੇਟਾਂ ਤੋਂ ਕੋਈ ਆ ਕੇ ਜਿਹੜਾ ਹੈ ਕੰਮ ਕਰ ਰਹੇ ਨੇ। ਤਿੰਨ ਚੀਜ਼ਾਂ ਨੇ ਪੰਜਾਬ ਦੇ ਵਿੱਚ ਬੱਚਿਆਂ ਦੇ ਗੁੰਮ। ਇੱਕ ਤਾਂ ਹੈਗਾ ਫਰੌਤੀ ਦੇ ਲਈ, ਜੇ ਫਰੌਤੀ ਨਾ ਮਿਲੇ ਉਹ ਛੱਡਣ ਦਾ ਬੜਾ ਘੱਟ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਅਸੀਂ ਐਕਸਪੋਜ਼ ਹੋ ਜਾਵਾਂਗੇ, ਫਿਰ ਉਹ ਮਾਰ ਦਿੰਦੇ ਆ। ਕਿੰਨੀ ਅਜੀਬ ਗੱਲ ਹੈ ਕਿ ਸਾਨੂੰ ਜਦੋਂ ਇਹ ਪਤਾ ਲੱਗੇ ਕਿ ਸਾਡੇ ਦੇਸ਼ ਦੇ ਵਿੱਚੋਂ ਹਰ 8 ਮਿੰਟ ਪਿੱਛੋਂ ਇੱਕ ਬੱਚਾ ਗਾਇਬ ਹੋ ਜਾਂਦਾ ਹੈ ਔਰ ਇਹਨਾਂ ਬੱਚਿਆਂ ਵਿੱਚੋਂ ਵੀ ਜ਼ਿਆਦਾ ਕੁੜੀਆਂ ਗਾਇਬ ਹੋ ਰਹੀਆਂ ਨੇ, ਔਰਤਾਂ ਗਾਇਬ ਹੋ ਰਹੀਆਂ ਨੇ। ਕਾਰਨ ਕਈ ਹੋ ਸਕਦੇ ਆ ਅਤੇ ਜਦੋਂ ਪੰਜਾਬ ਦੇ ਉੱਤੇ ਨਿਗਾਹ ਮਾਰੀਏ ਤਾਂ ਪੁਲਿਸ ਤੋਂ ਮਿਲੇ ਅੰਕੜਿਆਂ ਅਨੁਸਾਰ ਇਹ ਪਤਾ ਲੱਗਦਾ ਹੈ ਕਿ ਹਰ 6 ਘੰਟੇ ਮਗਰੋਂ ਇੱਕ ਲੜਕੀ ਗਾਇਬ ਹੋ ਰਹੀ ਹੈ। ਬੱਚੇ ਗਾਇਬ ਹੋ ਰਹੇ ਨੇ ਪਰ ਉਹਨਾਂ 'ਚੋਂ ਲੜਕੀਆਂ ਵੱਧ, ਪੰਜਾਬ 'ਚ ਵੀ ਲੜਕੀਆਂ ਵੱਧ, ਔਰਤਾਂ ਵੱਧ ਗਾਇਬ ਹੋ ਰਹੀਆਂ ਨੇ। ਇਹ ਕਿਉਂ ਗਾਇਬ ਹੋ ਰਹੀਆਂ ਨੇ, ਬੱਚੇ ਕਿੱਥੇ ਜਾਂਦੇ ਨੇ, ਕੀ ਵਾਪਰਦਾ ਹੈ, ਕੀ ਕਾਰਨ ਹੈ, ਇਹ ਸੱਚਮੁੱਚ ਬੜੀ ਡੂੰਘੀ ਚਿੰਤਾ ਅਤੇ ਚਰਚਾ ਦਾ ਵਿਸ਼ਾ ਹੈ। ਲੁਧਿਆਣੇ ਦੇ ਵਿੱਚ ਪਿਛਲੇ ਦਿਨੀ 4 ਲੜਕੀਆਂ ਇੱਕੋ ਘਰ ਦੀਆਂ ਜੋ ਨੇਪਾਲ ਦੇ ਪਰਿਵਾਰਾਂ ਦੀਆਂ ਕੁੜੀਆਂ ਸੀ ਉਹ ਗਾਇਬ ਹੋ ਗਈਆਂ ਅਤੇ ਉਸ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਕੋਲ ਕੇਸ ਗਿਆ, ਕੀ ਬਣਦਾ ਇਸ ਦਾ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ, ਪਰ ਇਹ ਸੱਚਮੁੱਚ ਬਹੁਤ ਵੱਡੀ ਚਿੰਤਾ ਵਾਲੀ ਗੱਲ ਹੈ ਕਿ ਜਦੋਂ ਸਾਡਾ ਦੇਸ਼ 75 ਸਾਲ ਆਜ਼ਾਦੀ ਦੇ ਮਨਾ ਰਿਹਾ, ਕੇਂਦਰ ਸਰਕਾਰ ਦੀ ਸਕੀਮ ਹੈ ਇੱਕ ਕਿ ਬੇਟੀ ਬਚਾਓ ਬੇਟੀ ਪੜ੍ਹਾਓ, ਅਤੇ ਇਸ ਸਭ ਕਾਸੇ ਮਹਾਂ ਉਤਸਵ ਦੇ ਵਿੱਚ ਸਾਡੀਆਂ ਜਿਹੜੀਆਂ ਕੁੜੀਆਂ ਨੇ ਔਰਤਾਂ ਨੇ ਉਹ ਇਸ ਢੰਗ ਨਾਲ ਗਾਇਬ ਹੋ ਰਹੀਆਂ ਨੇ। ਹਿੰਦੁਸਤਾਨ ਦੇ ਵਿੱਚ ਇੱਕ ਸਾਲ ਦੇ ਵਿੱਚ 60,000 ਬੱਚੇ ਗਾਇਬ ਹੁੰਦੇ ਨੇ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਹਦੇ ਵਿੱਚੋਂ 39,000 ਦੇ ਕਰੀਬ ਲੜਕੀਆਂ ਔਰਤਾਂ ਹੁੰਦੀਆਂ। ਸਾਡੇ ਲਈ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। ਗੱਲ ਕਰਨ ਵਾਸਤੇ ਵਿਸ਼ੇਸ਼ ਤੌਰ 'ਤੇ ਅਸੀਂ ਸਰਦਾਰ ਪਰਮਜੀਤ ਸਿੰਘ ਵਿਰਕ ਹੋਣਾ ਨੂੰ ਅੱਜ ਸੱਦਿਆ, ਜੋ ਕਿ ਪੰਜਾਬ ਪੁਲਿਸ ਦੇ ਵਿੱਚੋਂ SSP ਵਿਜੀਲੈਂਸ ਰਿਟਾਇਰ ਹੋਏ ਨੇ। ਵਿਰਕ ਸਾਹਿਬ, ਤੁਹਾਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆ ਨਹੀਂ ਮੈਂ ਕਹਿ ਸਕਦਾ, ਕਿਉਂਕਿ ਵਿਸ਼ਾ ਇੰਨਾ ਉਹ ਹੈ, ਲੇਕਿਨ ਫਾਰਮਲੀ ਤੌਰ 'ਤੇ ਤੁਹਾਨੂੰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜ਼ਰੂਰ ਸਾਡੇ ਨਾਲ ਇਹਦੇ ਉੱਤੇ ਵਿਸ਼ੇ 'ਤੇ ਗੱਲ ਕਰਕੇ, ਕਿਉਂਕਿ ਜੀ ਆਇਆ ਇਸ ਕਰਕੇ ਨਹੀਂ ਮੈਂ ਕਹਿ ਰਿਹਾ ਕਿਉਂਕਿ ਧੀਆਂ ਗਾਇਬ ਹੋ ਰਹੀਆਂ ਨੇ, ਸੱਚਮੁੱਚ ਮਨ ਨੂੰ ਬੜਾ ਦੁੱਖ ਹੁੰਦਾ ਜੀ। ਔਰ ਜਿਹੜੇ ਇਹ ਫੈਕਟਸ ਨੇ ਸਾਡੇ ਕੋਲ ਇਹ ਹੈਰਾਨੀ ਕਰਨ ਵਾਲੇ ਹੈ, ਇਹਦੇ ਨਾਲ ਕਈ ਗੱਲਾਂ ਜੁੜੀਆਂ ਹੋਈਆਂ ਨੇ। ਤੁਸੀਂ ਇੰਨਾ ਸਮਾਂ 30-33 ਸਾਲ ਤੁਸੀਂ ਜਿਹੜੇ ਆ ਉਹ ਪੁਲਿਸ ਦੇ ਵਿੱਚ ਰਹੇ ਹੋ,
ਤੁਹਾਡੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਹੋਣੀਆਂ ਨੇ ਜੀ, ਕਦੇ ਤੁਹਾਨੂੰ ਲੱਗਿਆ ਇੰਜ ਵੀ ਕੁੜੀਆਂ ਗਾਇਬ ਹੋ ਰਹੀਆਂ ਨੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚੋਂ? ਬੱਚੇ ਤਾਂ ਗਾਇਬ ਹੋ ਹੀ ਰਹੇ ਨੇ ਪਰ ਕੁੜੀਆਂ ਜ਼ਿਆਦਾ ਗਾਇਬ ਹੋ ਰਹੀਆਂ ਨੇ। ਜੀ ਜੀ, ਪਹਿਲੀ ਗੱਲ ਤਾਂ ਤੁਹਾਡੇ ਚੈਨਲ ਵੱਲੋਂ ਜਿਹੜਾ ਅੱਜ ਇਹ ਵਿਸ਼ਾ ਚੁਣਿਆ ਗਿਆ ਹੈ ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ, ਕਿਉਂਕਿ ਇਹ ਵਿਸ਼ਾ ਜਿਹੜਾ ਹੈ ਬੜਾ ਗੰਭੀਰ ਵਿਸ਼ਾ ਹੈ ਜਿਹਦੇ ਉੱਤੇ ਸੋਚ ਵਿਚਾਰ ਸਾਡੀ ਵਿਚਾਰ ਚਰਚਾ ਕਰਨੀ ਬਣਦੀ ਹੈਗੀ ਆ। ਅਤੇ ਲੜਕੀਆਂ ਦਾ ਗਾਇਬ ਹੋਣਾ ਜਾਂ ਬੱਚਿਆਂ ਦਾ ਗਾਇਬ ਹੋਣਾ ਇਹ ਸਮਾਜ ਦੇ ਲਈ, ਦੇਸ਼ ਦੇ ਲਈ, ਪਰਿਵਾਰ ਦੇ ਲਈ ਬੜਾ ਜਿਹੜਾ ਹੈਗਾ ਬਹੁਤ ਵੱਡਾ ਸਦਮਾ ਹੁੰਦਾ ਹੈਗਾ ਜੀ। ਪਰਿਵਾਰ ਤਾਂ ਜਿਹੜਾ ਇੱਕ ਬੱਚੇ ਦਾ ਗੁੰਮ ਹੋ ਜਾਣਾ ਮਾਂ ਬਾਪ ਤਾਂ ਸਾਰੀ ਉਮਰ ਭੁੱਲ ਹੀ ਨਹੀਂ ਸਕਦਾ ਹੈ। ਅਤੇ ਇਹ ਇਸ ਵਿਸ਼ੇ ਦੇ ਉੱਤੇ ਸਾਨੂੰ ਜਿਹੜਾ ਸਮਾਜ ਦੇ ਵਿੱਚ ਇਹ ਗੱਲ ਲੈ ਕੇ ਜਾਣੀ ਚਾਹੀਦੀ ਹੈ ਤਾਂ ਜੋ ਇਹ ਜਿਹੜੇ ਇਸ ਕ੍ਰਾਈਮ ਤਰ੍ਹਾਂ ਦੇ ਕ੍ਰਾਈਮ ਦੇ ਉੱਤੇ ਜੀ ਜਿਹੜਾ ਹੈ ਕੰਟਰੋਲ ਕੀਤਾ ਜਾ ਸਕੇ। ਵੀਰ ਸਾਹਿਬ, ਮੈਂ ਇੱਥੇ ਕੁਝ ਅੰਕੜੇ ਤੁਹਾਡੇ ਨਾਲ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨਾ ਚਾਹਾਂਗਾ, ਬੜੇ ਹੈਰਾਨੀ ਵਾਲੇ ਜੀ। ਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਪੰਜਾਬ ਪੁਲਿਸ ਦੀ ਜਿਹੜੀ ਵੈਬਸਾਈਟ ਹੈ ਜੀ ਉਹਦੇ ਵਿੱਚੋਂ 3 ਸਾਲਾਂ ਦੇ ਕ੍ਰਿਮੀਨਲ ਜਿਹੜੇ ਆ ਉਹ ਇੰਟੈਲੀਜੈਂਸ ਗਜ਼ਟ ਜਿਹੜੇ ਹਰ ਮਹੀਨੇ ਉਹਦੇ ਉੱਤੇ ਅਪਲੋਡ ਹੁੰਦਾ, ਮੈਂ 3 ਸਾਲਾਂ ਦੇ 3 ਮਹੀਨੇ ਹਰ ਸਾਲ 'ਚੋਂ 1 ਮਹੀਨੇ ਦਾ ਕੱਢਿਆ ਅਤੇ ਪਤਾ ਲੱਗਿਆ ਕਿ ਪੰਜਾਬ ਦੇ ਵਿੱਚੋਂ ਬੱਚੇ ਤਾਂ ਗੁੰਮ ਹੋ ਹੀ ਰਹੇ ਨੇ ਰੋਜ਼, ਲੇਕਿਨ ਕੁੜੀਆਂ ਦੀ ਗਿਣਤੀ ਜ਼ਿਆਦਾ। ਔਰ ਉਹਦੇ ਵਿੱਚ ਵੀ ਇਹ ਹੈ ਕਿ 127 ਲੜਕੀਆਂ ਹਰ ਮਹੀਨੇ ਗੁੰਮ ਹੋ ਰਹੀਆਂ ਨੇ, 1536 ਐਵਰੇਜ ਕੱਢਿਆ ਕਿ 1 ਸਾਲ ਵਿੱਚ ਪੰਜਾਬ ਦੇ ਵਿੱਚੋਂ ਕੁੜੀਆਂ ਗਾਇਬ ਹੋ ਜਾਂਦੀਆਂ ਨੇ। ਔਰ ਇਹਦੇ ਵਿੱਚੋਂ ਵੀ ਅੱਗੇ ਹੋਰ ਹੈਰਾਨੀ ਦੀ ਗੱਲ ਹੈ ਕਿ ਉਮਰ ਦੇ ਲਿਹਾਜ਼ ਨਾਲ ਮੈਂ ਜਦੋਂ ਡਾਟਾ ਅਨੈਲਿਸਿਸ ਕੀਤਾ ਉਹ ਇਹ ਸੀ ਕਿ 16 ਸਾਲ ਤੋਂ ਲੈ ਕੇ 49 ਸਾਲ ਤੱਕ ਦੀਆਂ ਲੜਕੀਆਂ ਔਰਤਾਂ ਵੱਧ ਗੁੰਮ ਨੇ, ਔਰ ਇਸ ਗੁੰਮਸ਼ੁਦਗੀ ਦੀ ਗਿਣਤੀ ਦੇ ਵਿੱਚੋਂ ਵੀ ਸਭ ਤੋਂ ਵੱਧ ਜਿਹੜੀ ਉਮਰ ਹੈ ਉਹ 16 ਤੋਂ 35 ਸਾਲ ਵਾਲੀਆਂ ਲੜਕੀਆਂ ਅਤੇ ਔਰਤਾਂ ਗੁੰਮ ਹੋ ਰਹੀਆਂ ਨੇ। ਇਹਦੇ ਨਾਲ ਨਾਲ ਇੱਕ ਹੋਰ ਪਿਛਲੇ ਦਿਨਾਂ 'ਚ ਕੁਝ ਦਿਨ ਪਹਿਲਾਂ ਇੱਕ ਪੰਜਾਬੀ ਜਾਗਰਣ ਦੇ ਵਿੱਚ ਨਵਦੀਪ ਢੀਂਗਰਾ ਦੀ ਰਿਪੋਰਟ ਛਪੀ ਕਿ ਜਿਹੜੇ ਸਰਕਾਰੀ ਬਾਲ ਸੁਰੱਖਿਆ ਕੇਂਦਰ ਨੇ ਪੰਜਾਬ ਦੇ ਵਿੱਚ ਉਹਦੇ ਵਿੱਚੋਂ ਵੀ ਬੱਚੇ ਗਾਇਬ ਹੋ ਰਹੇ ਨੇ ਅਤੇ ਉਹਦੇ ਵਿੱਚੋਂ ਵੀ ਲੜਕੀਆਂ ਵੱਧ ਗਾਇਬ ਹੋ ਰਹੀਆਂ ਨੇ। ਜੀ ਜੀ ਜੀ, ਬੜੀ ਹੈਰਾਨੀ ਦੀ ਗੱਲ ਹੈ ਕਿ ਅਸੀਂ ਇੰਨੇ ਵਿਗਿਆਨਕ ਯੁੱਗ ਦੇ ਵਿੱਚ ਰਹਿ ਰਹੇ ਹਾਂ, ਸਾਡੇ ਕੋਲ ਕਿੰਨੀਆਂ ਡਿਵਾਈਸਿਸ ਆ ਗਈਆਂ ਨੇ, ਪੁਲਿਸ ਕਿੰਨਾ ਪ੍ਰਬੰਧ ਹੋ ਚੁੱਕਿਆ ਹੋਇਆ, ਲੋਕ ਜਾਗਰੂਕ ਹੋ ਗਏ, ਫਿਰ ਵੀ ਸਾਡੇ ਬੱਚੇ ਗਾਇਬ ਹੋ ਰਹੇ ਨੇ ਘਰਾਂ 'ਚੋਂ। ਔਰ ਹੈਰਾਨੀ ਦੀ ਗੱਲ, ਪਰੇਸ਼ਾਨੀ ਦੀ ਗੱਲ ਇਹ ਹੈ ਕਿ ਇਹ ਲੜਕੀਆਂ ਵਾਪਸ ਕਿੰਨੀਆਂ ਆਉਂਦੀਆਂ ਨੇ ਇਹਦੇ ਬਾਰੇ ਡਾਟਾ ਜਿਹੜਾ ਉਹ ਨਹੀਂ ਹੈਗਾ। ਸਿਰਫ ਇਸ ਜਿਹੜੀ ਮੈਂ ਕ੍ਰਿਮੀਨਲ ਇੰਟੈਲੀਜੈਂਸ ਗਜ਼ਟ ਦੇ ਵਿੱਚੋਂ ਡਾਟਾ ਕੱਢਿਆ ਇਹਦੇ ਵਿੱਚੋਂ ਪਤਾ ਲੱਗਦਾ ਕਿ ਸਿਰਫ ਵਾਪਸ ਆਉਣ ਵਾਲੀਆਂ ਲੜਕੀਆਂ ਦੀ ਜਿਹੜੀ ਤਾਦਾਦ ਹੈ ਉਹ 18% ਹੈ ਸਿਰਫ ਜੀ। ਸੋ ਕੀ ਕਾਰਨ ਹੈ ਕਿ ਬੱਚੇ ਲੱਭਦੇ ਕਿਉਂ ਨਹੀਂ, ਖਾਸ ਤੌਰ 'ਤੇ ਜਿਹੜੀਆਂ ਲੜਕੀਆਂ ਕਿਉਂ ਨਹੀਂ ਲੱਭ ਰਹੀਆਂ? ਜਿਹੜੀ ਉਮਰ ਦੀ ਤੁਸੀਂ ਗੱਲ ਕੀਤੀ ਹੈ ਵੀ 16 ਤੋਂ 49 ਸਾਲ ਦੀ ਇਹ ਜਿਹੜੀ ਉਮਰ ਹੈ, ਵੈਸੇ ਬੱਚਾ ਜਿਹੜੀ ਹੈ ਲੜਕੀ ਹੈ ਇਸ ਉਮਰ ਦੇ ਵਿੱਚ ਕਾਫੀ ਸਿਆਣੀ ਹੋ ਜਾਂਦੀ ਹੈ ਜੀ। ਇਸ ਉਮਰ ਤੋਂ ਦਾ ਇਸ ਤੋਂ ਉੱਪਰ ਦੀਆਂ ਲੜਕੀਆਂ ਦਾ ਜਿਹੜਾ ਹੈਗਾ ਗਾਇਬ ਹੋਣਾ ਉਹਦੇ ਵਿੱਚ ਜਿਹੜਾ ਕਿਸੇ ਨੂੰ ਧੱਕੇ ਨਾਲ ਲੈ ਜਾਣਾ, ਅਗਵਾਹ ਕਰਕੇ ਲੈ ਜਾਣਾ, ਇਹੋ ਜਿਹੇ ਚਾਂਸ ਘੱਟ ਹੁੰਦੇ ਨੇ। ਜ਼ਿਆਦਾਤਰ ਇਸ ਉਮਰ ਦੇ ਵਿੱਚ ਜਿਹੜੀਆਂ ਲੜਕੀਆਂ ਦਾ ਜਾਣਾ ਉਹ ਚੰਗੇ ਭਵਿੱਖ ਦੇ ਲਈ ਜਾਂ ਇਸ ਉਮਰ ਜਿਹੜਾ ਜਵਾਨੀ ਦੇ ਵਿੱਚ ਕਈ ਅੰਦਰ ਵਲਵਲੇ ਹੁੰਦੇ ਨੇ ਉਹਦੇ ਪਿੱਛੇ ਲੱਗ ਕੇ ਜਿਹੜਾ ਉਹ ਘਰ ਕਈ ਵਾਰੀ ਜਿਹੜਾ ਹੈ ਤਿਆਗ ਦਿੰਦੀਆਂ ਨੇ, ਫਿਰ ਉਹਨਾਂ ਨੂੰ ਜਿਹੜਾ ਜਾ ਕੇ ਉਹ ਗਲਤੀ ਤਾਂ ਕਰ ਬੈਠਦੀਆਂ ਨੇ ਇਸ ਤਰ੍ਹਾਂ ਦੀਆਂ ਲੜਕੀਆਂ, ਲੇਕਿਨ ਉਹਨਾਂ ਦਾ ਪਿੱਛੇ ਮੁੜਨਾ ਕਈ ਵਾਰ ਬਹੁਤ ਮੁਸ਼ਕਲ ਹੋ ਜਾਂਦਾ ਹੈ। ਭਾਵੇਂ ਉਹਨਾਂ ਨੂੰ ਫਿਰ ਕਿੰਨੇ ਬਦਤਰ ਹਾਲਾਤਾਂ ਦੇ ਵਿੱਚ ਰਹਿਣਾ ਪਵੇ ਉਹ ਰਹਿਣਾ ਕਈ ਵਾਰ ਐਕਸੈਪਟ ਕਰ ਲੈਂਦੀਆਂ ਨੇ, ਬਹੁਤ ਬੁਰੇ ਹਾਲਾਤਾਂ ਦੇ ਵਿੱਚ ਕਈ ਦੇਖੀਆਂ ਨੇ, ਪਛਤਾਉਂਦੀਆਂ ਨੇ, ਸ਼ਰਮ ਦੀਆਂ ਮਾਰੀਆਂ ਨੇ ਉਹਨਾਂ ਵਾਸਤੇ। ਹਾਂ ਜੀ, ਉਹ ਸਮਾਜ ਐਕਸੈਪਟ ਨਹੀਂ ਕਰਕੇ ਸਾਡਾ ਰਾਜੀ ਉਹਨੂੰ ਫਿਰ ਉਹ ਸਦੇ ਦਾ ਸਦਾ ਲਈ ਇਹੋ ਜਿਹਾ ਸਾਡੇ ਸਭ ਸਮਾਜ ਦੇ ਵਿੱਚ ਇਹ ਬੜੀ ਅਜੀਬ ਗੱਲ ਹੈ ਕਿ ਲੜਕੀ ਘਰੋਂ ਬਾਹਰ ਚਲੀ ਗਈ ਜੀ ਅਤੇ ਉਹ ਸਮਾਜ ਦੇ ਵਿੱਚੋਂ ਬਿਲਕੁਲ ਖਤਮ, ਬਿਲਕੁਲ ਲੜਕਾ ਵਾਪਸ ਆ ਜਾਏਗਾ ਅਤੇ ਉਹਨੂੰ ਅਸੀਂ ਐਕਸੈਪਟ ਕਰ ਲੈਂਦੇ, ਹਾਲੇ ਤੱਕ ਸਾਡੀ ਸੋਚ ਜਿਹੜੀ ਨਹੀਂ ਗਈ। ਮੈਂ ਕੁਝ ਕਾਰਨ ਕੱਢੇ ਸੀਗੇ ਜੀ ਜਿਹਦੇ ਵਿੱਚ ਇਹ ਆ ਕਿ ਬੱਚੇ ਜਿਹੜੇ ਆ ਘਰੋਂ ਗਾਇਬ ਕਿਉਂ ਹੁੰਦੇ ਆ, ਇਹ ਤੁਸੀਂ ਵੀ ਇਹਨਾਂ ਨੂੰ ਤਾਇਦ ਸ਼ਾਇਦ ਕਰੋਗੇ ਕਿ ਇੱਕ ਤਾਂ ਉਹਨਾਂ ਦੇ ਉੱਤੇ ਪੜ੍ਹਾਈ ਦਾ ਪ੍ਰੈਸ਼ਰ ਹੁੰਦਾ ਜੀ, ਬਹੁਤ ਸਾਰੇ ਬੱਚੇ ਪੜ੍ਹਾਈ ਤੋਂ ਡਰਦੇ, ਮਾਂ ਪਿਓ ਬੜਾ ਪ੍ਰੈਸ ਕਰਦੇ, ਉਹ ਭੱਜ ਜਾਂਦੇ, ਮੈਂ ਫੇਲ ਹੋ ਜਾਣਾ, ਮੈਂ ਪੇਪਰ 'ਚੋਂ ਪੇਪਰ ਨਹੀਂ ਕੱਢ ਸਕਿਆ। ਫਿਰ ਇਹਦੇ ਨਾਲ ਇਹ ਵੀ ਆਇਆ
कि घरों अगवा कर लिया जाए ने लड़कियां लड़कियां बाहर गई उन्होंने पिछे कोई रेकी करता रहा उन्होंने अगवा कर लिया। मानसिक परेशानी भी एक कारण है कि बच्चे घरों निकल जाते हैं जी। फिर है प्रेम संबंध जी, ये उम्र यहोजी है छोटी उम्र 14 तो 15 16 17 वाली लड़कियां लड़के वो ये वरगला ले जाते हैं वो करके घर छड़ जांदियां ने। एक होर कारण है कि फिल्मों की खिच जी टीवी के उत्ते अजकल बड़ी खिच है कि असी एक्ट्रेस बन जाइए एक्टर बन जाइए उहदे लई लड़कियां भजदियां ने घरों और नाल दी नाल कुछ हैगा गायक बनने का भी जिहड़ा सुपना उन्हां दे मन विच है। इस तरह कतल भी हुंदे आ और एक गल जिहड़ी अणख की खातर कतल हुंदे आ वह भी इस तरह कितें कुड़ियां गायब हो जाए फिर पता नहीं लगता। कई बार तो मापे उसकी पुष्टि नहीं करते कि वह घरों भजी है कि नहीं आई नहीं जी वो आई नहीं जी तो पुलिस को भी हो सकता वह घटना नहीं पहुंची। इस तो इलावा जी भ्रूण हत्या होंगी वो ये शामिल नहीं हैगी वो जड़िया चुप चुपीते कुड़ियां पेट के मार दी जाए कई जी ने जिम्मे पत्नी किसी एक्सैप्ट नहीं है वो वार बार इस तरह दिया भी रिपोर्टा आई ने इस तरह मार के घर च कई बार दबी लाशा मिली मिली ने बिल्कुल कहते हैं गुम हो गई जी गुम हो गई कोई कई बार इस तरह की घटना हुई बई बाद घर किसी ने ले लिया कई साल बाद जी जो घर की रेनोवेशन की उन्होंने तो थले जो इस तरह का मनुखी पिंजर निकलिया फिर पता लगे कई साल बाद मैं क्या जी तकरीबन 30-35 साल बाद पुलिस भी किसी पासे नहीं ला सकी उस केस नू ना किसी पासे नहीं ला सकी है लेकिन वो जदों घर उन्होंने आख्या भी हुण तां गल पुरानी हो गई 30-35 साल लंघ गए वो भी बंदा ज्यादा भुल भुला गया मन च भी ज्यादा नहीं सी हैगा जो रेनोवेशन की उन्होंने थले सारा उहदे विच मनुखी पिंजर निकलिया वो देखिया किवें आया फिर हालात दे विच फिर ट्रेस होया केस भी तां इहने ही मार दित्ती है उहने विआह करा लिया होणा बाद दे विच। हां जी बिल्कुल बड़ी हैरानी की गल है। वैसे कहिंदे आ कि जिहड़ा बंदा इस तरह का कोई काम करता है वो भावें लोगों तो बच जाता है जी फिर वो कहिंदे ने उपर वाले तो नहीं बचता पर उपर वाला भी की किन्या किन्या की निगाह रखूगा बिल्कुल बिल्कुल ये तो नैतिकता जिहड़ी है वो घटदी जांदी है समाज का पतन हो रहा है। जिहड़ियां लड़कियां गुम होईयां लुधियाणे तो चार जी ये भी मैं क्योंकि मैं खुद मीडिया च हां साढ़े मीडिया के उत्ते कुछ खबर छोटिया छोटिया लगिया लेकिन किसी किसी भी अखबार ने फ्रंट पेज नहीं लाई लेकिन जदों 1989 डॉक्टर राबिया मुफ्ती मुहम्मद की बेटी जो गृह मंत्री सी उस वक्त सेंटर के उन्हां दी बेटी अगवा हुई सी ते अखबारों ते फ्रंट पेज दीआं खबरां टीवी ते खबरां मतलब तुसीं पुछो ना कुछ ये जिहड़ी है साडे जिहड़ी है मीडिया दे विच इह जिहियां जिहड़ियां ने त्रासदी तां है जी इस बारे सोचण दा विशा लोक देखदे सी वी जिहड़ा वड्डा मीडिया सी वो एक पास खास पासे झुकदा जा रहा लोग इहदे विच सोशल मीडिया वल आए सी लेकिन हुण जिहड़ा सोशल मीडिया दे वी आपणे इस तरह दे देखे ने वी सिलेक्टिव खबरां आउण लग पए इह जिहियां खबरां नूं वी छड रहे ने बिल्कुल बिल्कुल मसाले वाले खबर जिदे उन्होंने लाइक्स मिलन होर इस तरह के पंजाबी यूनिवर्सिटी पटियाला एक विभाग हैगा सोशल वेलफेयर डिपार्टमेंट है जी सोशल वर्क वाला डिपार्टमेंट वक्रा बनाया उन्होंने वो उत्थे पढ़ाई होंगी है रिसर्च होंगी है उत्थे कुछ रिसर्च चल रही है तो उत्थों के डॉक्टर गुनाम सिंह विरक ने भी उन्होंने मेरी गल हुई जी वो कहिंदे भी साढ़े को ना इस किस्म का डाटा आया पता लग्या कि जिहड़ियां लड़कियां गुम हो रही ने इन्हां विच ज़्यादा लड़कियां गरीब परिवारां दीआं ने ते जां फिर जिहड़े प्रवासी लोग आए हुए यूपी जां बिहार तों उन्हां दे बच्चे लड़कियां खास तौर ते ज़्यादा गुम हो रहीआं। देखो एक तां चीज़ हैगी है जिथे अनपढ़ता अनपढ़ता इन्हां दे विच गरीबां दे विच ज़्यादा है ते दूजा जिहड़ा हैगा इन्हां दे कोल क्योंकि सुख सहूलतां दी घाट है जिथे भी कोई लालच दिंदा है सुख सहूलत का जां सुख सहूलत जिहड़ी उन्होंने आपदे वल खिचदियां ने तो ये इस तबके ज़्यादा ये दो कारण ये इन्हों के भजन दे जिहड़े बनते हैं अनपढ़ बंदे ज़्यादा छेती वरगलाया जा सकता है। हाँ जी एक वो जिहड़ा उन्होंने रुजगार दे होर रोज़ उन्होंने घर तो बाहर जाना पैंदा है
ਘਰੋਂ ਨਿਕਲਣਾ ਪੈਂਦਾ, ਕੋਈ ਬਿਲਕੁਲ ਇਕੱਲਿਆਂ ਜਾਣਾ ਪੈਂਦਾ, ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਜਿਹੜਾ ਹੈ ਉਹਨਾਂ ਦਾ ਵਾਹ ਪੈਂਦਾ ਇਸ ਤਰ੍ਹਾਂ ਦੇ। ਮਾਂ ਪਿਓ ਕੰਮ ਤੇ ਹੁੰਦੇ ਨੇ, ਉਹ ਬੱਚੇ ਇਕੱਲੇ ਹੁੰਦੇ ਨੇ ਜਾਂ ਇਕੱਲੇ ਹੀ ਕੰਮ ਤੇ ਜਾਂਦੇ ਆ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਜਿਹੜਾ ਹੈ ਵਿਚਰਨਾ ਪੈਂਦਾ ਹੈਗਾ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ, ਤੇ ਉਹਨਾਂ ਨੂੰ ਕੋਈ ਛੋਟੇ ਮੋਟੇ ਲਾਲਚ ਦੇ ਕੇ ਵੀ ਜਿਹੜਾ ਹੈਗਾ ਆਪਦੇ ਵੱਲ ਖਿੱਚ ਲੈਂਦੇ ਨੇ, ਜਾਲ 'ਚ ਫਸਾ ਲੈਂਦੇ ਨੇ ਆਪਦੇ ਦੇ ਵਿੱਚ। ਵਿਰਕ ਸਾਹਿਬ ਤੁਹਾਨੂੰ ਕੀ ਲੱਗਦਾ ਜਿਹੜੇ ਖਾਸ ਤੌਰ 'ਤੇ ਬੱਚੇ ਗੁੰਮ ਹੋ ਜਾਂਦੇ ਆ ਉਹਨਾਂ ਦੇ ਵਿੱਚ, ਉਹਨਾਂ ਨੂੰ ਕਿੱਥੇ ਕਿੱਥੇ ਐਕਸਪਲਾਇਟ ਕੀਤਾ ਜਾਂਦਾ, ਉਹ ਮਤਲਬ ਕੌਣ ਕੌਣ ਲੋਕ ਉਹਨਾਂ ਨੂੰ ਵਰਤਦੇ ਆ? ਇਹਦੇ ਵਿੱਚ ਜਿਸ ਤਰ੍ਹਾਂ ਜਿਹੜੀਆਂ ਲੜਕੀਆਂ ਨੇ ਇਹਨਾਂ ਨੂੰ ਤਾਂ ਜਾਂ ਤਾਂ ਦੇਹ ਵਪਾਰ ਜ਼ਿਆਦਾ ਹੈਗਾ, ਵੇਸਵਾਗਮਨੀ ਵੇਸਵਾਗਮਨੀ ਦੇ ਵਿੱਚ ਲਾਉਂਦੇ ਨੇ, ਜਾਂ ਉਹਨਾਂ ਨੂੰ ਲਿਜਾ ਕੇ ਕਿਸੇ ਘਰਾਂ ਦੇ ਵਿੱਚ ਅੱਗੇ ਨੌਕਰਾਂ ਦੇ ਤੌਰ ਦੇ ਉੱਤੇ ਐਡਜਸਟ ਕਰ ਦਿੱਤਾ ਜਾਂਦਾ ਕਿਤੇ ਦੂਰ। ਕੁਛ ਇਹੋ ਜਿਹੀਆਂ ਵੀ ਖਬਰਾਂ ਮਿਲਦੀਆਂ ਨੇ ਵੀ ਇਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਕੁਛ ਦੇਸ਼ ਨੇ ਜਿੱਥੇ ਇਹਨਾਂ ਨੂੰ ਜਿਹੜਾ ਹੈ ਭੇਜ ਦਿੱਤਾ ਜਾਂਦਾ ਹੈ। ਤੁਹਾਨੂੰ ਯਾਦ ਹੋਏਗਾ ਇੱਕ ਗੁਰਦਾਸਪੁਰ ਦੀ ਲੜਕੀ ਦੀ ਬਹੁਤ ਤਗੜੀ ਖਬਰ ਚੱਲੀ ਸੀ ਕਿ ਉਹ ਬੜੀ ਮੁਸ਼ਕਲ ਉੱਥੋਂ ਛੁਟਕਾਰਾ ਪਾ ਕੇ ਆਈ ਸੀ। ਬਿਲਕੁਲ ਜੀ ਬਿਲਕੁਲ, ਇਹ ਖਾਸ ਤੌਰ 'ਤੇ ਕੁਛ ਜਿਹੜੇ ਦੇਸ਼ ਸਾਰੇ ਲੋਕ ਜਾਣਦੇ ਨੇ, ਆਪਾਂ ਚੱਲ ਨਾ ਕੀ ਲੈਣਾ ਹੈਗਾ, ਉਹ ਦੇਸ਼ਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਵਪਾਰ ਨਹੀਂ ਬੜੀ ਵਾਰੀ ਆਇਆ। ਆਪਾਂ ਨਾਮ ਵੀ ਲੈਣ 'ਚ ਕੋਈ ਅਰਜ ਨਹੀਂ, ਅਰਬ ਕੰਟਰੀ ਬਹੁਤ ਨੇ, ਸਾਰੇ ਨਹੀਂ ਮਾੜੇ, ਲੇਕਿਨ ਅਰਬ ਕੰਟਰੀਜ਼ ਦੇ ਵਿੱਚ ਕੁੜੀਆਂ ਜਿਹੜੀਆਂ ਨੇ ਉਹਨਾਂ ਦੀ ਸਮਗਲਿੰਗ ਹੋ ਰਹੀ ਹੈ, ਉੱਥੇ ਭੇਜਿਆ ਜਾਂਦਾ। ਬਿਲਕੁਲ ਜੀ, ਅਤੇ ਇਹਦੇ ਇਹਦੇ ਤੋਂ ਇਲਾਵਾ ਜਿਹੜਾ ਹੈਗਾ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਜਿਹੜਾ ਭਰੂਣ ਹੱਤਿਆ ਹੋਣ ਕਰਕੇ ਜਿਹੜੀ ਔਰਤਾਂ ਦੀ ਗਿਣਤੀ ਘੱਟ ਆ, ਫਿਰ ਛੜੇ ਰਹਿ ਜਾਂਦੇ ਨੇ ਲੋਕ, ਉਹਨਾਂ ਦੀ ਵਿਆਹ ਦੀ ਡਿਮਾਂਡ ਹੁੰਦੀ ਹੈ, ਜਾਂ ਕੋਈ ਜਿਹੜੀਆਂ ਜਿਨ੍ਹਾਂ ਦੀ ਪਤਨੀਆਂ ਜਿਹੜੀਆਂ ਨੇ ਕਈਆਂ ਦੀ ਡੈਥ ਹੋ ਜਾਂਦੀ ਹੈ, ਹੋਰ ਉਹੋ ਜਿਹੇ ਥਾਵਾਂ ਦੇ ਉੱਤੇ ਜਾ ਕੇ ਇਹਨਾਂ ਨੂੰ ਵੇਚ ਦਿੱਤਾ ਜਾਂਦਾ ਵੇਚ ਦਿੱਤਾ ਜਾਂਦਾ। ਇੱਕ ਬੜੀ ਹੈਰਾਨੀਜਨਕ ਮੇਰੇ ਮਨ ਦੇ ਵਿੱਚ ਖਿਆਲ ਆਇਆ ਅਤੇ ਮੈਂ ਸੋਚਿਆ ਵੀ ਹੈ ਸੱਚ ਹੈ, ਤੁਹਾਡੇ 'ਚੋਂ ਵੀ ਬਹੁਤ ਸਾਰਿਆਂ ਨੇ ਨੋਟ ਕੀਤਾ ਹੋਏਗਾ, ਹੁਣ ਕਰ ਲਉਂਗੇ ਡਾਕਟਰ ਸਾਹਿਬ, ਕਿ ਅਸੀਂ ਅਕਸਰ ਸੋਚਦੇ ਸੀ ਕਿ ਬੱਚਿਆਂ ਨੂੰ ਉਹ ਲੈ ਜਾਂਦੇ ਆ ਅਤੇ ਉਹਨਾਂ ਦੇ ਅੰਗ ਵੇਚ ਦਿੱਤੇ ਜਾਂਦੇ ਆ, ਅੰਗ ਵੇਚੇ ਜਾਂਦੇ ਉਹਨਾਂ ਦੇ, ਕਿਉਂਕਿ ਇਹਨਾਂ ਦੀਆਂ ਕਿਡਨੀਜ਼ ਵਗੈਰਾ ਜਿਹੜੀਆਂ ਨੇ ਉਹਨਾਂ ਦਾ ਬੜਾ ਦਾ ਵਪਾਰ ਜਿਹੜਾ ਹੈ ਬਹੁਤ। ਲੇਕਿਨ ਅਸੀਂ ਵੇਖਿਆ ਕਿ ਵੱਡੇ ਸ਼ਹਿਰਾਂ ਦੇ ਵਿੱਚ ਖਾਸ ਤੌਰ 'ਤੇ ਕਈ ਜਿਹੜੇ ਮੰਗਤੇ ਨੇ ਉਹਨਾਂ ਦੇ ਹੱਥ ਵੱਡੇ ਹੁੰਦੇ ਆ, ਅੱਖ ਕੱਢੀ ਹੁੰਦੀ ਹੈ, ਕੰਨ ਵੱਡਿਆ ਹੁੰਦਾ, ਪੈਰ ਵੱਡਿਆ ਹੁੰਦਾ, ਉਹ ਮੰਗਦੇ ਨੇ। ਲੇਕਿਨ ਤੁਸੀਂ ਕਦੇ ਨੋਟ ਕੀਤੀ ਇਹ ਗੱਲ ਕਿ ਹੱਥ ਵੱਡੇ ਵਾਲੇ ਜਾਂ ਇਸ ਤਰ੍ਹਾਂ ਲੰਘਣੇ ਲੂਲੇ ਬਣਾਏ ਸਿਰਫ ਮਰਦ ਹੁੰਦੇ ਨੇ, ਲੜਕੇ ਹੁੰਦੇ ਨੇ? ਕਦੇ ਆਪਾਂ ਬਾਜ਼ਾਰ ਦੇ ਵਿੱਚ ਕੋਈ ਲੜਕੀ ਜਿਹੜੀ ਇਸ ਤਰ੍ਹਾਂ ਅੰਗਹੀਣ ਕੀਤੀ ਹੋਵੇ ਉਹ ਨਹੀਂ ਮੰਗਦੀ ਵੇਖੀ ਕਦੇ ਵੀ, ਇਹ ਕਿਉਂਕਿ ਉਹਨਾਂ ਦੀ ਹੋਰ ਪਾਸੇ ਡਿਮਾਂਡ, ਉਹਨਾਂ ਨੂੰ ਉੱਧਰ ਜਿਹੜਾ ਉਹ ਜਿੱਧਰ ਉਹਨਾਂ ਦੀ ਡਿਮਾਂਡ ਜ਼ਿਆਦਾ ਹੈ, ਪੈਸਾ ਜ਼ਿਆਦਾ ਮਿਲਣਾ ਹੈ, ਉੱਧਰ ਹੀ ਉਸ ਪਾਸੇ ਨੂੰ ਲਿਜਾਇਆ ਜਾਂਦਾ ਹੈ। ਇਹ ਹੁਣ ਜੇ ਦੇਖੋ ਜਿਹੜੀਆਂ ਨੇ ਇਹ ਕੋਈ ਮਨੁੱਖੀ ਅੰਗ ਨੇ ਜਿਹੜੇ, ਉਹ ਤਾਂ ਬਹੁਤ ਮਹਿੰਗੇ ਵਿਕਦੇ ਨੇ ਹੁਣ ਜੀ, ਲੱਖਾਂ ਦੇ ਵਿੱਚ ਹੈ, ਉਹ ਫਿਰ ਉਹਨਾਂ ਦੇ ਅੰਗ ਵਗੈਰਾ ਕੱਢ ਕੇ ਉਹਨਾਂ ਨੂੰ ਮਾਰ ਖਪਾ ਦਿੱਤਾ ਜਾਂਦਾ ਹੈ। ਵਿਰਕ ਸਾਹਿਬ ਸਾਡਾ ਸਿਸਟਮ ਬਹੁਤ ਵੱਡਾ ਹੈ, ਇੰਟੈਲੀਜੈਂਸ ਸਾਡੇ ਕੋਲ ਹੈ, ਪੁਲਿਸ ਸਾਡੇ ਕੋਲ ਹੈ, ਇਸ ਤੋਂ ਇਲਾਵਾ ਹੋਰ ਵੀ ਬੜੀਆਂ ਫੋਰਸਿਸ ਹੈਗੀਆਂ ਨੇ, ਇਹ ਕਿਉਂ ਦਿਨੋ ਦਿਨ ਘਟਨਾਵਾਂ ਵੱਧ ਰਹੀਆਂ ਨੇ ਜੀ? ਜੀ ਤੁਸੀਂ ਕੀ ਸਮਝਦੇ ਹੋ? ਕਿਉਂਕਿ ਜਿਵੇਂ ਮੇਰੇ ਕਿਸੇ ਟੀਚਰ ਨਾਲ ਗੱਲ ਹੋਈ ਤਾਂ ਉਹਨਾਂ ਕਿਹਾ ਕਿ ਜਿਹੜੇ ਬੱਚੇ ਕਰੇਜ਼ ਦੇ ਤੌਰ 'ਤੇ, ਫਿਲਮਾਂ ਦੇ ਕਰੇਜ਼ ਦੇ ਤੌਰ 'ਤੇ ਜਾਂ ਇਸ ਤਰ੍ਹਾਂ ਪ੍ਰੇਮ ਸੰਬੰਧਾਂ ਵਿੱਚ ਭੱਜਦੇ ਨੇ, ਉਹਨਾਂ 'ਤੇ ਸੋਸ਼ਲ ਮੀਡੀਆ ਦਾ ਬੜਾ ਅਸਰ ਹੋ ਗਿਆ, ਫਿਲਮਾਂ ਦਾ ਬੜਾ ਅਸਰ ਹੋਣ ਲੱਗ ਪਿਆ, ਅੱਜ ਕੱਲ੍ਹ ਰੋਕ ਟੋਕ ਕੋਈ ਨਹੀਂ, ਜਦੋਂ ਦਾ ਇੰਟਰਨੈਟ ਆ ਗਿਆ ਬੱਚਿਆਂ ਕੋਲ ਮੋਬਾਈਲ ਫੋਨ ਆ ਗਏ ਆ, ਉਹ ਕੀ ਵੇਖ ਰਹੇ ਨੇ, ਉਹਨਾਂ ਨੂੰ ਕੀ ਵਿਖਾਇਆ ਜਾ ਰਿਹਾ, ਕੋਈ ਕਰਨੀ ਇਹਦੇ ਲਈ ਉਹਨਾਂ ਨੂੰ ਵਰਗਲਾਉਂਦੇ ਵੀ ਆ, ਪਰ ਕੀ ਕਾਰਨ ਹੈ ਕਿ ਘਟਨਾਵਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ? ਸੁਸਾਇਟੀ ਨੂੰ ਆਪਾਂ ਕਿਵੇਂ ਇਹਦੇ ਉੱਤੇ ਜਿਹੜੀ ਆ ਉਹ ਕਾਬੂ ਪਾ ਸਕਦੇ ਹਾਂ ਕਿ ਬੱਚੇ ਘਰੋਂ ਨਾ ਤਾਂ ਵਰਗਲਾਏ ਜਾਣ ਨਾ ਉਹ ਘਰੋਂ ਭੱਜਣ? ਜੀ ਜੀ ਦੇਖੋ, ਇੱਕ ਤਾਂ ਇਹੋ ਜਿਹੇ ਘਟਨਾਵਾਂ ਵਧਣ ਦਾ ਕਾਰਨ ਇਹ ਵੀ ਹੈ ਵੀ ਸਾਡੀ ਆਬਾਦੀ ਵੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ, ਜਦੋਂ ਆਬਾਦੀ ਵੱਧਦੀ ਹੈ ਤਾਂ ਜਿਹੜੀਆਂ ਸਾਰੀਆਂ ਉਹਨੂੰ ਕੰਟਰੋਲ ਕਰਨ ਵਾਲੇ ਅੰਗ ਉਹਦੇ ਜਿਹੜੇ ਸਾਡਾ ਸਿਸਟਮ ਹੈ ਉਹ ਢਿੱਲਾ ਹੋ ਜਾਂਦਾ ਹੈਗਾ, ਅਤੇ ਇਸ ਤਰ੍ਹਾਂ ਦੇ ਜਿਹੜੇ ਇੱਕ ਤਾਂ ਸਮਾਜ ਜਿਹੜਾ ਹੈ ਸਾਡਾ ਇਹਨੂੰ ਚੁਕੰਨਾ ਹੋਣ ਦੀ ਲੋੜ ਹੈਗੀ ਹੈ, ਸਾਡਾ ਜਿਹੜਾ ਸਮਾਜ ਦੀ ਕੀ ਸੋਚ ਹੈ, ਅਸੀਂ ਕੀ ਲੈਣਾ ਹੈ, ਸਾਡੇ ਸਾਹਮਣੇ ਕੁਛ ਹੁੰਦਾ ਹੋਵੇ ਨਾ ਅਸੀਂ ਬਚਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਕੱਲ੍ਹ ਹਾਲਾਤ ਬੜੇ ਮਾੜੇ ਹੋ ਗਏ, ਤੁਸੀਂ ਕਿਸੇ ਦੀ ਮਦਦ ਕਰੋ ਜੀ ਤੁਹਾਨੂੰ ਅਗਲਾ ਮਾਰ ਕੇ ਚਲਿਆ ਜਾਂਦਾ, ਇਹ ਵੀ ਹੋ ਗਿਆ ਜਿਸ ਕਰਕੇ ਲੋਕ ਬਚਦੇ ਨੇ, ਪਰ ਜਿਹੜੀ ਛੋਟੀਆਂ ਮੋਟੀਆਂ ਹੋਰ ਵਧੀਆ ਚੀਜ਼ਾਂ ਜੀ ਤੇ ਅਸੀਂ ਵੇਖ ਸਕਦੇ ਹਾਂ, ਹਰੇਕ ਚੀਜ਼ ਨੂੰ ਲੋਕ ਇਗਨੋਰ ਕਰਦੇ ਆ, ਇਗਨੋਰ ਕਰਨ ਲੱਗ ਪਏ ਵੀ ਇੱਕ ਚੁੱਪ ਸੌ ਸੁੱਖ ਜੀ,
ਇਹ ਜਿਹੜੀ ਹੈ ਸਮਾਜ ਦੀ ਠੀਕ ਨਹੀਂ। ਜੇ ਲੋਕ ਇਨਫੋਰਮੇਸ਼ਨ ਕਿਤੇ ਕੋਈ ਸ਼ੱਕੀ ਚੀਜ਼ ਨਜ਼ਰ ਆਉਂਦੀ ਹੈ ਉਹਦੀ, ਹੁਣ ਪੁਲਿਸ ਹਰੇਕ ਥਾਂ 'ਤੇ ਜਾ ਨਹੀਂ ਸਕਦੀ ਹੈਗੀ, ਹਰੇਕ ਥਾਂ 'ਤੇ ਤਾਂ ਪਹੁੰਚ ਹੈ ਨਹੀਂ। ਜੇ ਲੋਕ ਉਹਦੀਆਂ ਅੱਖਾਂ ਬਣ ਜਾਣ, ਜਿੰਨਾ ਲੋਕ ਜਿਹੜੇ ਨੇ ਇਸ ਪਾਸੇ ਇਤਲਾਹ ਦੇਣਗੇ ਪੁਲਿਸ ਨੂੰ ਕੋਈ ਚੀਜ਼ ਹੁੰਦੀ ਹੈ। ਇਹ ਮੈਂ ਤੁਹਾਡੀ ਇਤਲਾਹ ਵਾਲੀ ਗੱਲ 'ਤੇ ਆਉਣਾ। ਪੁਲਿਸ ਕਹਿੰਦੀ ਹੈ ਕਿ ਸਾਨੂੰ ਤੁਸੀਂ ਇਨਫੋਰਮ ਕਰੋ ਜਿੱਥੇ ਕਿਤੇ ਨਸ਼ੇ ਹੋ ਰਹੇ ਨੇ ਉਹ ਦੱਸੋ, ਜਾਂ ਜਿੱਥੇ ਕੋਈ ਮਾੜੀ ਗੱਲ ਹੋ ਰਹੀ ਆ, ਕੋਈ ਗਲਤ ਬੰਦਾ ਰਹਿ ਰਿਹਾ, ਸਾਨੂੰ ਦੱਸੋ। ਅੱਜ ਕੱਲ੍ਹ ਸਥਿਤੀ ਇਹ ਆ ਕਿ ਲੋਕ ਡਰਦੇ ਵੈਰ ਪੈਣ ਤੋਂ। ਪੁਲਿਸ ਭਾਵੇਂ ਕਹਿੰਦੀ ਇਹ ਗੱਲ ਕਿ ਅਸੀਂ ਤੁਹਾਡੀ ਸੂਚਨਾ ਗੁਪਤ ਰੱਖਾਂਗੇ, ਪਰ ਵਿਸ਼ਵਾਸ ਨਹੀਂ ਬਣਦਾ ਪੁਲਿਸ 'ਤੇ ਕਿ ਪੁਲਿਸ ਜਿਹੜੀ ਸੂਚਨਾ ਗੁਪਤ ਰੱਖੂਗੀ ਕਿ ਨਹੀਂ। ਜੇ ਉਹ ਕਹਿੰਦੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਹੋ ਸਕਦਾ ਸਾਡਾ ਨੁਕਸਾਨ, ਕਰਕੇ ਲੋਕ ਡਰਦੇ ਆ, ਹਾਲੇ ਤੱਕ ਇਹ ਵਿਸ਼ਵਾਸ ਨਹੀਂ ਬਣ ਸਕਿਆ। ਹਾਂ, ਇਹ ਪੁਲਿਸ ਨੂੰ ਇਸ ਪਾਸੇ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਇੰਨੀ ਲੰਬੀ ਡਿਊਟੀ ਪੁਲਿਸ ਕਰਦੀ ਹੈ, ਇੰਨਾ ਤਾਂ ਕੋਈ ਹੋਰ ਮਹਿਕਮਾ ਡਿਊਟੀ ਲੰਬੀ ਕਰਦਾ ਨਹੀਂ ਹੈ। ਮੈਂ ਤਾਂ ਗੱਲ ਜੀ ਜੀ, ਫਿਰ ਵੀ ਜੇ ਉਹ ਵਿਸ਼ਵਾਸ ਲੋਕਾਂ ਦਾ ਜਿੱਤਣ ਦੇ ਵਿੱਚ ਅਸਫਲ ਰਹਿੰਦੇ ਨੇ ਤਾਂ ਉਹਦੇ ਪਿੱਛੇ ਕੀ ਕਾਰਨ ਨੇ? ਮੈਨੂੰ ਯਾਦ ਹੈ ਪਟਿਆਲੇ ਦੇ ਵਿੱਚ ਮੀਨਾ ਸਾਹਿਬ ਹੁੰਦੇ ਸੀ ਆਈ ਜੀ ਉਦੋਂ, ਅਤੇ ਉਹਨਾਂ ਨੇ ਇੱਕ ਹੈਲਪਲਾਈਨ ਸ਼ੁਰੂ ਕੀਤੀ ਸੀ ਜੀ ਕਿ ਜਿਹੜੇ ਲੋਕ ਦੱਸਣਾ ਚਾਹੁੰਦੇ ਆ ਕਿ ਨਸ਼ੇ ਇਸ ਏਰੀਏ 'ਚ ਨਾ, ਪਾਤੜਾਂ ਦੇ ਏਰੀਏ 'ਚ ਇੱਕ ਦੋ ਪਿੰਡ ਬੜੇ ਬਦਨਾਮ ਨੇ ਜੀ ਜੀ, ਅਤੇ ਉਹ ਮੈਂ ਉਦੋਂ ਰੇਡੀਓ 'ਤੇ ਹੁੰਦਾ ਸੀ ਆਕਾਸ਼ਵਾਣੀ 'ਚ, ਤਾਂ ਉਹ ਟੈਲੀਫੋਨ ਨੰਬਰ ਅਸੀਂ ਵਾਰ ਵਾਰ ਰਿਪੀਟ ਕਰਦੇ ਸੀਗੇ, ਤਾਂ ਮੈਨੂੰ ਮੇਰਾ ਨੰਬਰ ਲੈ ਕੇ ਉਹਨਾਂ ਨੇ ਪਿੰਡ ਦੇ ਲੋਕਾਂ ਨੇ ਕੁਝ ਨੇ ਮੈਨੂੰ ਦੱਸਿਆ ਕਿ ਤੁਸੀਂ ਵਾਰ ਵਾਰ 'ਤੇ ਕਹਿੰਦੇ ਹੋ ਇਸ ਨੰਬਰ 'ਤੇ ਟੈਲੀਫੋਨ ਦੱਸੋ ਕਿ ਨਸ਼ਾ ਆ ਗਿਆ ਪਿੰਡ 'ਚ। ਕਹਿੰਦੇ ਜਦੋਂ ਅਸੀਂ ਦੱਸਦੇ ਹਾਂ ਕੁਛ ਹੋਣ ਤੋਂ ਪਹਿਲਾਂ, ਕਹਿੰਦੇ ਜੀ ਉਹ ਬੰਦੇ ਉੱਥੋਂ ਖਿਸਕਾ ਦਿੱਤੇ ਜਾਂਦੇ ਆ, ਪੁਲਿਸ ਵਾਲੇ ਖੁਦ ਆਉਂਦੇ ਆ ਕਹਿੰਦੇ ਜੀ ਉੱਥੇ, ਕੋਈ ਕਾਰਵਾਈ ਨਹੀਂ ਹੁੰਦੀ ਉਹਨਾਂ ਦੇ ਉੱਤੇ। ਦੇਖੋ ਇਹ ਵਿਸ਼ਵਾਸ ਜਿਹੜਾ ਇਹ ਬੜਾ ਬਣਾਉਣਾ ਬੜਾ ਔਖਾ ਹੈ। ਇਹ ਜਿਹੜੇ ਨੇ ਨਾ ਪਿਛਲੇ ਕੁਛ ਸਮੇਂ ਦੇ ਵਿੱਚ ਜਿਹੜਾ ਅਸੀਂ ਦੇਖਿਆ ਪੰਜਾਬ ਦੇ ਵਿੱਚ, ਜਿਹੜੇ ਰਾਜਨੀਤਿਕ ਲੋਕ ਸੀ ਉਹਨਾਂ ਨੇ ਪੁਲਿਸ ਨੂੰ ਇੱਕ ਆਪਦੀ ਮੁੱਠੀ 'ਚ ਲੈ ਲਿਆ, ਉਹ ਆਪਦੇ ਦਿਮਾਗ ਨਾਲ ਉਹਨਾਂ ਨੂੰ ਕੰਮ ਹੀ ਨਹੀਂ ਸੀ ਕਰਨ ਦਿੰਦੇ ਹੈ ਕੋਈ। ਇਸ ਤਰ੍ਹਾਂ ਸਿਫਾਰਿਸ਼ ਦੇ ਨਾਲ ਪੋਸਟਿੰਗਾਂ ਹੋਣ ਲੱਗ ਪਈਆਂ ਉਹਨਾਂ ਦੀਆਂ, ਅਤੇ ਉਹੋ ਜਿਹੜੇ ਸਿਫਾਰਸ਼ੀ ਬੰਦੇ ਨੇ ਨਾ, ਫਿਰ ਉਹ ਇਹੋ ਜਿਹੀ ਚੀਜ਼ਾਂ ਨੂੰ ਨਹੀਂ ਦਿੰਦੇ ਹੈਗੇ, ਬੋਦਰ ਨਹੀਂ ਕਰਦੇ ਹੈ। ਮੈਂ ਤਾਂ ਆਪਦੀ ਗੱਲ ਦੱਸ ਦਿੰਦਾ, ਅਸੀਂ ਅੱਜ ਤੋਂ ਕੋਈ 6-7 ਸਾਲ ਪਹਿਲਾਂ ਇੱਕ ਕੰਪੇਨ ਚਲਾਈ ਭ੍ਰਿਸ਼ਟਾਚਾਰ ਦੇ ਖਿਲਾਫ਼, ਉਹਦੇ 'ਚ ਅਸੀਂ ਇੱਕ ਨੰਬਰ ਦੇ ਤਾ ਵੀ ਜੇ ਕੋਈ ਬੰਦਾ ਦਿਸਦਾ ਹੈਗਾ ਤੂੰ, ਜੇ ਕਿਸੇ ਨੂੰ ਕੋਈ ਮੰਗਦਾ ਹੈ, ਰਿਸ਼ਵਤ ਮੰਗਦਾ ਹੈ ਜਾਂ ਹੋਰ ਹੈ, ਆਹ ਨੰਬਰ ਹੈ, ਉਹਦੇ 'ਚ ਇੱਕ ਮੇਰਾ ਨੰਬਰ ਚਲਾ ਗਿਆ ਜੀ। ਉਹ ਜਿਹੜਾ ਸੋਸ਼ਲ ਮੀਡੀਆ 'ਤੇ ਫੇਸਬੁੱਕ 'ਤੇ ਘੁੰਮਦਾ, ਅਜੇ ਤੱਕ ਮੈਨੂੰ ਫੋਨ ਆਈ ਜਾਂਦੇ ਨੇ। ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਹੈਗਾ ਵੀ ਜਿਹੜਾ ਹੈਗਾ ਤੁਹਾਡਾ, ਮੈਂ ਫਿਰ ਵੀ ਕਹਿ ਦੇਣਾ ਤੁਹਾਡਾ ਨੰਬਰ ਜਿਹੜਾ ਹੈ ਮੈਂ ਹੁਣੇ ਗੱਲ ਕਰਦਾ ਵੀ ਆਹ ਬੰਦੇ ਦੀ ਸ਼ਿਕਾਇਤ ਹੈ, ਤੁਸੀਂ ਪਰ ਉੱਥੇ ਜਾ ਕੇ ਜਿਹੜਾ ਹੈਗਾ ਪਹੁੰਚ ਕਰ ਲਓ। ਜੇ ਇਸ ਤਰ੍ਹਾਂ ਦੀ ਪੋਜ਼ੀਟਿਵ ਪਹੁੰਚ ਅਪਣਾ ਲਈ ਜਾਵੇ ਤਾਂ ਜਿਹੜਾ ਪੁਲਿਸ ਦੇ ਲਈ ਚੰਗੀ ਗੱਲ ਹੈ, ਉਹਨਾਂ ਨੂੰ ਲੋਕਾਂ ਦਾ ਵਿਸ਼ਵਾਸ ਵੱਧਦਾ ਹੈ ਪੁਲਿਸ ਦੇ ਵਿੱਚ ਜੀ ਜੀ, ਕਰਨਾ ਚਾਹੀਦਾ। ਇਹ ਜਿਹੜੇ ਲੋਕ ਅਗਵਾਹ ਕਰਦੇ ਨੇ, ਇਹਨਾਂ ਦੇ ਜਦੋਂ ਇਹ ਫੜੇ ਜਾਂਦੇ ਨੇ ਲੋਕ, ਇਹਨਾਂ ਦੀ ਜਿਹੜੀ ਸਜ਼ਾਵਾਂ ਹੁੰਦੀਆਂ ਨੇ ਇਹਨਾਂ ਨੂੰ, ਉਹ ਹਾਈਲਾਈਟ ਨਹੀਂ ਹੁੰਦੀਆਂ, ਹੈ ਨਾ। ਅਤੇ ਇਸੇ ਕਰਕੇ ਜਿਹੜੇ ਨਵੇਂ ਕੇਸ, ਨਵੇਂ ਲੋਕਾਂ ਨੂੰ, ਨਵੇਂ ਮੁੰਡਿਆਂ ਨੂੰ ਉਲਝਾ ਲਿਆ ਜਾਂਦਾ। ਸਾਨੂੰ ਤਾਂ ਵੀ ਪਤਾ ਲੱਗਿਆ ਕਿ ਜਿਹੜੀਆਂ ਕੁੜੀਆਂ ਨੂੰ ਚੁੱਕਿਆ ਜਾਂਦਾ ਉਹਨਾਂ ਨੂੰ ਨਸ਼ੇ ਵੇਚਣ ਵਾਸਤੇ ਵੀ ਲਾਇਆ ਜਾਂਦਾ, ਕਿਉਂਕਿ ਲੜਕੀਆਂ 'ਤੇ ਸ਼ੱਕ ਨਹੀਂ ਕੀਤਾ ਜਾਂਦਾ, ਅਤੇ ਉਹਨਾਂ ਨੂੰ ਨਸ਼ੇ ਦੇ ਕੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਿਹੜਾ ਉਹ ਐਜ਼ ਏ ਕੋਰੀਅਰ ਭੇਜਿਆ ਜਾਂਦਾ। ਇਹ ਦੇਖੋ, ਇੱਕ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇਹ ਜਿਹੜੇ ਬੱਚੇ ਜਿਹੜੀ ਚੁੱਕਣ ਵਾਲੀ ਗੱਲ ਹੈ, ਇਹਦੇ ਵਿੱਚ ਪੰਜਾਬੀ ਬੰਦੇ ਬਹੁਤ ਘੱਟ ਇਨਵੋਲਵ ਮਿਲਣਗੇ ਤੁਹਾਨੂੰ। ਇਹਦੇ ਵਿੱਚ ਜਿਹੜੇ ਜੜੇ ਜਿਹੜੇ ਅਪਰਾਧਿਕ ਲੋਕ ਨੇ, ਕ੍ਰਿਮੀਨਲ ਲੋਕ ਨੇ, ਉਹ ਬਾਹਰਲੀਆਂ ਸਟੇਟਾਂ ਤੋਂ ਕੋਈ ਆ ਕੇ ਜਿਹੜਾ ਹੈ ਕੰਮ ਕਰ ਰਹੇ ਨੇ। ਕੁਦਰਤੀ ਹੈ, ਇੱਥੋਂ ਦੇ ਲੋਕ ਉੱਧਰ ਚਲੇ ਜਾਂਦੇ ਆ, ਜਿਹੜਾ ਖਪਤ ਵੀ ਉਹਨਾਂ ਦੀ ਜਿਹੜੀ ਹੈ ਉੱਥੇ, ਜਿਹੜਾ ਇਹਨੂੰ ਲਿਜਾ ਕੇ ਕੋਈ ਹੋਰ ਕੰਮ ਕਰਾਉਣਾ ਹੈਗਾ, ਉਹ ਉਹਨਾਂ ਤੋਂ ਅਗਵਾਹ ਕਰਕੇ ਜਾਂ ਇਹਨਾਂ ਨੂੰ ਗੁੰਮ ਕਰਕੇ ਇੱਥੇ ਪੰਜਾਬ 'ਚ ਇਹੋ ਜਿਹੇ ਲੋਕ ਬਹੁਤ ਘੱਟ ਮਿਲਣਗੇ ਵੀ ਆਹ ਬੱਚਾ ਇੱਥੋਂ ਗੁੰਮ ਹੋ ਗਿਆ ਸੀ, ਇਹਨੂੰ ਆਹ ਬੰਦੇ ਲੈ ਗਏ, ਜਾਂ ਇੱਥੋਂ ਪੰਜਾਬ ਦੇ ਵਿੱਚ ਇਹਨੂੰ ਵਰਤ ਰਹੇ ਨੇ ਜੀ। ਕੁਝ ਕੇਸ ਆਏ ਵੀ ਆ ਕਿ ਫਰੋਤੀ ਮੰਗਣ ਦੇ, ਬੱਚਾ ਅਗਵਾਹ ਕਰ ਲਿਆ ਤੇ ਫਰੋਤੀ ਮੰਗੀ, ਉਹ ਹੈ ਉਹ ਲੋਕਲ ਲੈਵਲ ਤੇ ਆ, ਉਹ ਲੋਕਲ ਲੈਵਲ। ਦੇਖੋ, ਤਿੰਨ ਚੀਜ਼ਾਂ ਨੇ ਪੰਜਾਬ ਦੇ ਵਿੱਚ ਬੱਚਿਆਂ ਦੇ ਗੁੰਮ, ਇੱਕ ਤਾਂ ਹੈਗਾ ਫਰੋਤੀ ਦੇ ਲਈ, ਤੇ ਦੂਜਾ ਹੈਗਾ ਜਿਹੜੇ ਦੁਸ਼ਮਣੀ ਆ ਘਰ ਦੇ ਨੇੜੇ, ਇਹ ਵੀ ਕਾਰਨ। ਹਾਂ, ਦੁਸ਼ਮਣੀ ਕਾਰਨ ਦੀ ਦੁਸ਼ਮਣੀ ਹੈ ਜਾਂ ਉਹਨਾਂ ਦੇ ਅੰਦਰ ਕੋਈ ਜੈਲਸੀ ਹੈ ਉਹਨਾਂ ਦੇ ਪ੍ਰਤੀ, ਉਹਨਾਂ ਦਾ ਜਿਹੜਾ ਹੈਗਾ ਬੱਚਾ ਚੁੱਕ ਕੇ ਉਹਨਾਂ ਨੂੰ ਵੀ ਦੁੱਖ ਦੇਣਾ ਉਹਦੇ ਵਿੱਚ,
उन बच्चे तो मार जे फरौती ना मिले वो छड़न का बड़ा घट क्योंकि उन्होंने पता होंगे असी एक्सपोज हो जाएंगे फिर वो मार देंगे बच्चे गुम हो रहे ने और इन्हां दे विच्चों कुड़ियां ज्यादा गुम हो रही ने राष्ट्रीय पद्धर ते हर 13 मिनट पिछों एक लड़की गुम हो रही है और साढ़े पंजाब दे विच हर 6 घंटिया बाद एक लड़की गुम हो रही है एक साल दे विच 1500 तो वध लड़कियां पंजाब चों गायब हुंदियां ने जिहदे विच उम्र दा लिहाज है कि 14 तो लैके 50 सालां तक वध लड़कियां ने उस तो वड्डी उम्र दियां बहुत थोड़ियां ने जिहड़ियां 55 60 70 वालियां ने पर 14 तो लैके 1500 वाले ते 30-35 साल वालियां लड़कियां बहुत गुम हो रहियां ने औरतां उन्हां दी वापसी दा नहीं पता लग रहा और जिवें कि असीं गल कीती है विक साहब ने भी गल कीती है कि उन्होंने देह व्यापार के जोड़ा वो धक्या जाता है उन्होंने तो उन्होंने दूसरे देशों के दे समगलिंग भेजा जाता है मजदूरी फैक्ट्रिया कराई जाती है पटाके बना वाली फैक्ट्रिया के जी उन्होंने मजदूर बना के रखा जा रहा होटलों के रख्या जा रहा इस तो इलावा मंगण का काम उन्होंने तो नहीं कराया जाता पर उन्होंने नशे वेचण के पास जोड़ा वो ला लिया जाता है और इस तरह जबरन मजदूरी कराई जाती है ये बड़िया साडे लिए शर्मनाक घटनावां ने बिल्कुल असी समाज नूं इह कह रहे हां कि असी बहुत सुधर गए हां असी बहुत सिक्ख्या आ गई है थां थां ते कॉलेज खुल गए यूनिवर्सिटियां खुल गईयां ने सरकार भी इन्ने वड्डे उपराले कर रही है जिवें असी बेटी बचाओ बेटी पढ़ाओ दा कर रहे हां पर इन्ना सब कुछ होण दे बावजूद अज हिंदुस्तान दे विच हर 13 मिनट पिछों एक लड़की गायब हो रही है एक साल विच 60,000 लोग जिहड़े गायब हुंदे ने उहनां विचों घट्टो घट 39-40,000 कुड़ियां गायब हो जांदियां ने जिन्हां दा मुड़ के पता नहीं लगता कि वह कित्थे गईआं ते कईआं दा तां कई कई साल हो गया जिहड़ा नहीं पता लगता इसलिए सानू मापिआं नू साडे अध्यापकां नू ते जिहड़ा समाजिक तौर पर सुचेत होने की लोड़ है कि बच्चों पर खास तौर पर निगरानी रखी जाए उन्होंने रात बराते घरों ना निकल दिता जाए उन्होंने पता हो बच्चे कितने जा रहे हैं तीजा सब तो वड्डा अपराध जो हो रहे हैं उन्होंने गिनती कैटागरी तीजा सब तो वड्डा अपराध यह बन गया हो और ये मापियां नूं बड़ा जरूरी है कि वह अपने बच्चों के नाल इन टच रहन वो की पढ़ते हैं वह कि जाते हैं वह कि पिक्चर देखण गए आ वो किहड़े मोबाइल दे उत्ते की वेखदे आ किहड़ा इंटरनेट वेखदे आ इहो जिहियां बहुत छोटियां छोटियां गल्लां दा जदों असीं ध्यान रखांगे तां इह घटनावां घटाईआं जा सकदियां ने और बड़ी अफसोस दी गल इह आ कि इहदे विच गरीब घरां दे बच्चिआं नूं जिहड़ा वरगला के उहनां ते ज़्यादा इहदा असर पै रिहा भावें गरीब होवे कोई होवे गरीब दी वी धी दा उन्ना ही जिहड़ी आ हक है इस दुनिया ते जिउणा जिन्ना अमीर दा हैगा सो सानूं सारिआं नूं इस पासे रल के हंबला मारन की लोड़ है और पुलिस नूं खास तौर पर क्योंकि पुलिस कोले रिसोर्स बड़े है उन्हां नूं ये बेनती है कि वो इस पासे एक विशेष मुहिम चलाउण के जिहड़ियां लड़कियां गुम हो रही ने इन्हां नूं घटाया जा सके जिथे उन्हां नूं समाज की लोड़ है अगे हुंदा सी गुम हो जांदा सी असीं रैप्टर लिख दिंदे कई बार रैप्टर लिखण नूं भी टाइम लगा दिता जाए लेकिन हुण इस तरह दी इंस्ट्रक्शन ने जे कोई बच्चा गुम हुंदा फौरन उहदी जिहड़ी FIR लॉज कीती जाए उहदे इन्वेस्टिगेशन शुरू कीती जाए सो आस करदे हां कि असीं इन्हां नूं घटनावां नूं घटाउण दे विच मदद करांगे सारे जाणे रल के मदद करांगे विक साहब तुहाडा साडे इस विशेष प्रोग्राम दे विच आउण लई बहुत बहुत धन्नवाद शुक्रिया धन्नवाद जी बहुत